ਪੇਂਡੂ ਜ਼ਿਮੀਂਦਾਰ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਦੇਖ ਰਹੇ ਸਾਰੇ ਦੋਸਤਾਂ ਦਾ ਮੈਂ ਤੁਹਾਡਾ ਆਪਣਾ ਬੇਅੰਤ ਮਾਣ ਅੱਜ ਦੀ ਇਸ ਵੀਡੀਓ ਦੇ ਵਿੱਚ ਸਵਾਗਤ ਕਰਦਾ। ਦੋਸਤੋ, ਅੱਜ ਆਪਾਂ ਤੁਹਾਨੂੰ ਸ਼ੋਅ ਕੁਆਲਿਟੀ ਸਪੋਟਲੈਸ ਨੁਕਰਾ ਬਸ਼ੇਰਾ ਦਿਖਾ ਰਹੇ ਹਾਂ ਸੰਧੂ ਸਟੱਡ ਫਾਰਮ ਪਿੰਡ ਡੋਡ ਵਾਲਿਆਂ ਦਾ। ਜਿਹੜਾ ਤੁਸੀਂ ਇਹ ਸਾਹਮਣੇ ਬਸ਼ੇਰਾ ਦੇਖ ਰਹੇ ਹੋ ਸਕਰੀਨ 'ਤੇ, ਇਸ ਬਸ਼ੇਰੇ ਦਾ ਨਾਮ ਆ ਜੀ ਰਾਜ। ਇਹ ਬਸ਼ੇਰਾ ਨੂਰ ਖਵਾਬ ਘੋੜੇ ਦਾ ਪੁੱਤ ਆ। ਨੂਰ ਖਵਾਬ ਇੱਕ ਬਹੁਤ ਜ਼ਿਆਦਾ ਚੰਗਾ ਸ਼ੋਅ ਕੁਆਲਿਟੀ ਕਾਫੀ ਸਾਰੇ ਸ਼ੋਆਂ ਦਾ ਵਿਨਰ ਘੋੜਾ ਹੋਇਆ ਜੀ। ਉਸ ਘੋੜੇ ਦਾ ਬੱਚਾ ਇਹ, ਜਿਹੜਾ ਕਿ ਪਹਿਲਾਂ ਢਿੱਲੋਏ ਵਾਲੀ ਸਟੱਡ ਫਾਰਮ ਵਾਲੇ ਬਾਈ ਸਰਬਜੋਤ ਦੇ ਕੋਲ ਹੁੰਦਾ ਸੀ ਅਤੇ ਬਾਅਦ ਦੇ ਵਿੱਚ ਉਹ ਘੋੜਾ ਚੈਣਾ ਤੁੰਗ ਵਾਲੀ ਸਟੱਡ ਫਾਰਮ ਦੇ ਉੱਤੇ ਪਿੰਡ ਤੁੰਗ ਵਾਲੀ ਚਲਾ ਗਿਆ ਸੀ। ਬਾਅਦ ਦੇ ਵਿੱਚ ਕਿਸੇ ਵਜ੍ਹਾ ਦੇ ਕਰਕੇ ਉਸ ਘੋੜੇ ਦੀ ਉੱਥੇ ਡੈਥ ਹੋ ਗਈ ਸੀ। ਉਸ ਘੋੜੇ ਦਾ ਬੱਚਾ ਜੀ ਇਹ। ਇਸ ਵਕਤ ਇਸ ਬਛੇਰੇ ਦੀ ਜਿਹੜੀ ਉਮਰ ਆ 2.25 ਸਾਲ ਹੋ ਚੁੱਕੀ ਆ। ਕੱਦ ਇਹਦਾ 64 ਇੰਚ ਆ ਜੀ। ਇਸ ਘੋੜੇ ਦੀ ਬਛੇਰੇ ਦੀ ਜਿਹੜੀ ਮਾਂ ਗੀ ਉਹ ਵੀ ਸਪੋਟਲੈਸ ਨੁਕਰੀ ਘੋੜੀ ਆ 64 ਇੰਚ ਦੀ। ਬਛੇਰਾ ਬਹੁਤ ਜ਼ਿਆਦਾ ਚੰਗਾ ਤਿਆਰ ਹੋ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਬਛੇਰੇ ਨੇ ਗੱਲਾਂ ਕਰਾ ਦੇਣੀਆਂ ਨੇ ਨੁਕਰਿਆਂ ਦੀ ਕੈਟਾਗਰੀ ਦੇ ਵਿੱਚ, ਕਿਉਂਕਿ ਤੁਸੀਂ ਦੇਖ ਸਕਦੇ ਹੋ ਵੇਲ ਬਹੁਤ ਜ਼ਿਆਦਾ ਆ ਬਛੇਰੇ ਦੀ। ਬਾਕੀ ਗਰਦਨ ਦੀ ਲੰਬਾਈ ਅਤੇ ਕੰਨਾਂ ਦੀ ਕੱਟ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ। ਐਨ ਸ਼ੋਅ ਕੁਆਲਿਟੀ ਬਛੇਰਾ ਇਹ। ਬਾਕੀ ਜਿਹੜੇ ਇਹਦੇ ਮਾਲਕ ਨੇ ਉਹਨਾਂ ਦਾ ਵੀ ਪੁਰਾਣੇ ਟਾਈਮਾਂ ਤੋਂ ਚੰਗਾ ਤਜਰਬਾ ਅਤੇ ਐਕਸਪੀਰੀਅੰਸ ਆ ਨੁਕਰਿਆਂ ਦੇ ਫੀਲਡ ਦੇ ਵਿੱਚ, ਕਿਉਂਕਿ ਬਾਈ ਬਿੰਦਰ ਅਤੇ ਭਿੰਦਰ ਸੰਧੂ ਦੇ ਕੋਲ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਰਾਜੂ ਨਾਂ ਦੇ ਨੁਕਰੇ ਘੋੜੇ ਤੋਂ। ਉਸ ਤੋਂ ਬਾਅਦ ਸਟੈਪ ਬਾਏ ਸਟੈਪ ਇਹ ਚੱਲਦੇ ਗਏ ਅਤੇ ਬਾਅਦ ਦੇ ਵਿੱਚ ਅਲੀ ਅਤੇ ਪ੍ਰਿੰਸ ਨਾਂ ਦੇ ਨੁਕਰੇ ਘੋੜੇ ਨੇ ਇਹਨਾਂ ਦਾ ਬਹੁਤ ਜ਼ਿਆਦਾ ਨਾਂ ਬਣਾਇਆ। ਅੱਜ ਆਪਣੇ ਇੰਡੀਆ ਦੇ ਕੋਨੇ ਕੋਨੇ ਦੇ ਵਿੱਚ ਇਹਨਾਂ ਨੂੰ ਨੁਕਰਿਆਂ ਦੇ ਚੰਗੇ ਬਰੀਡਰਾਂ ਦੇ ਵਜੋਂ ਜਾਣਿਆ ਜਾਂਦਾ। ਵੀਡੀਓ ਕਿਵੇਂ ਦੀ ਲੱਗੀ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਅਤੇ ਜੁੜੇ ਰਹੋ ਸਾਡੇ ਚੈਨਲ ਪੇਂਡੂ ਜ਼ਿਮੀਂਦਾਰ।